ਤਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਜਿੱਥੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਤਾਂ ਉੱਥੇ ਹੀ ਵੀਟ ਗਰਾਸ ਜੂਸ ਦਾ ਲੰਗਰ ਵੀ ਲਗਾਇਆ ਗਿਆ ਹੈ। ਇਸ ਜੂਸ ਦਾ ਕੀ ਸਾਨੂੰ ਫਾਇਦਾ ਹੋ ਸਕਦਾ ਹੈ? ਕਹਿੰਦੇ ਬਿਮਾਰੀਆਂ ਦੇ ਲਈ ਵੱਡੀ ਰਾਹਤ, ਜਿਹੜੇ ਲੋਕਾਂ ਨੂੰ ਬਿਮਾਰੀ ਲੱਗਦੀ ਹੈ ਉਹਨੂੰ ਵੱਡੀ ਰਾਹਤ ਮਿਲਦੀ ਹੈ। ਕਿਵੇਂ ਵੀਟ ਗਰਾਸ ਜੂਸ ਤਿਆਰ ਕੀਤਾ ਜਾਂਦਾ, ਕੀ ਪੂਰਾ ਪ੍ਰੋਸੈਸ, ਸਾਡੇ ਨਾਲ ਗੱਲਬਾਤ ਕਰਨ ਲਈ ਕੁਲਦੀਪ ਸਿੰਘ ਮੌਜੂਦ ਨੇ, ਮੋਗਾ ਜ਼ਿਲ੍ਹਾ ਤੋਂ ਆਏ ਨੇ। ਬਾਬਾ ਜੀ, ਸਭ ਤੋਂ ਪਹਿਲਾਂ ਜੀ ਦੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਜੀ, ਇਹ ਜਿਹੜਾ ਵੀਟ ਗਰਾਸ ਜੂਸ ਹੈ, ਕੀ ਇਹਦੇ ਫਾਇਦੇ ਨੇ, ਕਿਵੇਂ, ਸਭ ਤੋਂ ਪਹਿਲਾਂ ਇਹ ਦੱਸੋ ਤਿਆਰ ਕਿਵੇਂ ਕੀਤਾ ਜਾਂਦਾ ਔਰ ਪ੍ਰੋਸੈਸ ਕੀ ਹੈਗਾ ਇਹਦਾ ਪੂਰਾ? ਇਹ ਜੋ ਵੀਟ ਗਰਾਸ ਹੈ, ਅਸਲ ਵਿੱਚ ਇਹਨੂੰ ਕਣਕ ਦੇ ਘਾਹ ਦਾ ਰਸ ਹੈ। ਮਤਲਬ ਕਈ ਲੋਕਾਂ ਨੂੰ ਇਹ ਹੁੰਦਾ ਕਿ ਵੀਟ ਗਰਾਸ ਕੀ ਚੀਜ਼ ਹੈ, ਇਹ ਕਣਕ ਦੇ ਘਾਹ ਦੇ ਰਸ, ਵੀਟ ਮੀਨਜ ਕਣਕ, ਜੂਸ ਮੀਨਜ ਰਸ, ਹਾਂਜੀ। ਔਰ ਇਹ ਸਰੀਰ ਦੀਆਂ ਸਾਰੀਆਂ ਹੀ ਬਿਮਾਰੀਆਂ ਦੇ ਲਈ ਲਾਭਦਾਇਕ ਹੈ। ਇਹ ਜੋ ਹੈ, ਇਹ ਤਕਰੀਬਨ 1800 ਸਾਲ ਪੁਰਾਣੇ ਗ੍ਰੰਥਾਂ ਦੇ ਵਿੱਚ ਦਰਜ ਹੈ ਕਿ ਜੋ ਕਣਕ ਦੇ ਘਾਹ ਦੇ ਰਸ ਨੂੰ ਜੇ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਤਾ ਜਾਵੇ ਤਾਂ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹਨ, ਸਰੀਰ ਤੰਦਰੁਸਤ ਹੋ ਸਕਦਾ ਹੈ। ਹਾਂਜੀ, ਇਹ ਬਾਬਾ ਜੀ ਤਿਆਰ ਕਿਵੇਂ ਕੀਤਾ ਜਾਂਦਾ ਹੈ? ਜਿਵੇਂ ਹੁਣ ਆਪਾਂ ਪਨੀਰੀ ਦੇਖ ਰਹੇ ਹਾਂ ਅਤੇ ਕਣਕ ਦੀ ਬਣੀ ਤਿਆਰ ਪਈ ਹੈ, ਇਹਦਾ ਪ੍ਰੋਸੈਸ ਕੀ ਹੈਗਾ, ਕਿਵੇਂ ਆਪਾਂ ਘਰਾਂ ਦੇ ਵਿੱਚ ਵੀ ਤਿਆਰ ਕਰ ਸਕਦੇ ਹਾਂ? ਵੀਰ ਜੀ, ਇਸ ਤਰ੍ਹਾਂ ਹੈ ਕਿ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਵਧੀਆ ਮਿੱਟੀ ਚਾਹੀਦੀ ਹੈਗੀ ਹੈ, ਜਿਸ ਤਰ੍ਹਾਂ ਕਿ ਬਗੈਰ ਕਿਸੇ ਕੈਮੀਕਲ ਆਪਣੇ ਯੂਰੀਆ ਵਗੈਰਾ ਤੋਂ, ਜਿੱਥੇ ਕੋਈ ਰੇਹ ਸਪਰੇਅ ਨਹੀਂ ਹੁੰਦੀ ਹੈਗੀ, ਜਾਂ ਨਹਿਰ ਤੋਂ, ਨਹਿਰ ਦੇ ਲਾਗੇ ਤੋਂ ਮਿੱਟੀ ਲਿਆ ਸਕਦੇ ਹੈਗੇ ਹਾਂ। ਉਸ ਦੇ ਵਿੱਚ ਰੂੜੀ ਵਾਲੀ ਰੇਹ ਜਿਹੜੀ ਹੈਗੀ ਆ ਜੋ, ਅਤੇ ਉਸ ਦੇ ਵਿੱਚ ਇੱਕ ਟਿੱਬਿਆਂ ਵਾਲਾ ਜੋ ਰੇਤਾ ਲੈ ਕੇ ਆਉਂਦੇ ਹੈਗੇ ਹਾਂ, ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਛਾਣੇ ਦੇ ਨਾਲ ਛਾਣ ਲੈਂਦੇ ਹੈਗੇ ਹਾਂ। ਛਾਣਨ ਤੋਂ ਬਾਅਦ ਇਸ ਤਰ੍ਹਾਂ ਜਿਵੇਂ ਟਰੇ ਦੇ ਵਿੱਚ ਮਿੱਟੀ ਪਈ ਹੈਗੀ ਆ, ਇਹ ਬਰਾਬਰ ਦੇ ਪਾ ਲੈਣੀ ਹੈਗੀ ਆ। ਉਸ ਤੋਂ ਬਾਅਦ ਜੇ ਕੋਈ ਉੱਚੀ ਨੀਵੀਂ ਰਹਿ ਜਾਵੇ, ਉਸ ਦੇ ਉੱਪਰ ਥੋੜ੍ਹੀ ਜਿਹੀ ਇਸ ਤਰ੍ਹਾਂ ਮਿੱਟੀ ਪਾ ਕੇ ਉਸਦਾ ਲੈਵਲ ਇਸ ਤਰੀਕੇ ਨਾਲ ਆਪਾਂ ਬਰਾਬਰ ਕਰ ਸਕਦੇ ਹਾਂ, ਤਾਂ ਕਿ ਜਿਹੜਾ ਬੀਜ ਹੈਗਾ ਇਹ ਬਿਲਕੁਲ ਲੈਵਲ ਦੇ ਵਿੱਚ ਰਹੇ, ਵੀ ਉੱਚਾ ਨੀਵਾਂ ਨਾ ਹੋਵੇ। ਅਤੇ ਉਸ ਤੋਂ ਬਾਅਦ ਜਿਹੜੇ ਬੀਜ ਹੈ, ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਪਾ ਸਕਦੇ ਹੈਗੇ। ਜਾਣੀ ਕਿ ਸਾਰੀ ਜਗ੍ਹਾ ਬਰਾਬਰ ਹੋ ਜਾਵੇ। ਹਾਂਜੀ, ਇਸ ਦੇ ਉੱਪਰ ਫਿਰ ਆਪਾਂ ਰੇਤਲੀ ਮਿੱਟੀ ਪਾ ਦੇਵਾਂਗੇ ਬਾਅਦ ਵਿੱਚ, ਅਤੇ ਉਸ ਤੋਂ ਬਾਅਦ ਉੱਤੇ ਪਾਣੀ ਪਾ ਦਿੱਤਾ ਜਾਊਗਾ। ਇਹ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਪਨੀਰੀ ਹੈ ਤਿਆਰ ਹੋ ਜਾਂਦੀ ਹੈ ਇਸ ਪ੍ਰੋਸੈਸ ਤੋਂ ਬਾਅਦ? ਇਹ ਤਕਰੀਬਨ 8 ਤੋਂ 10 ਦਿਨ ਦੇ ਵਿੱਚ ਆਪਾਂ ਤਿਆਰ ਕਰਕੇ ਕੱਟ ਸਕਦੇ ਹਾਂ। ਹਾਂਜੀ, ਕੋਈ ਜਿਹੜਾ ਬੀਜ ਹੈਗਾ ਇਹ ਕਿਸ ਕਿਸਮ ਦਾ ਬੀਜ ਹੁੰਦਾ? ਕੋਈ ਸਪੈਸ਼ਲ ਕਣਕ ਹੁੰਦੀ ਹੈ ਜਿਹੜੀ ਤੁਸੀਂ ਬੀਜਦੇ ਹੋ, ਜਾਂ ਜਿਹੜੀ ਆਮ ਆਪਾਂ ਘਰਾਂ ਦੇ ਵਿੱਚ ਖਾਣ ਲਈ ਰੱਖੀਦੀ ਉਹ ਕਣਕ ਬੀਜ ਕੇ ਤਿਆਰ ਹੁੰਦਾ? ਜੀ, ਘਰਾਂ ਵਿੱਚ ਜਿਹੜੀ ਆਮ ਵਰਤੋਂ ਵਾਲੀ ਕਣਕ ਆ ਉਹ ਨਹੀਂ ਆਪਾਂ ਵਰਤਦੇ ਹੈਗੇ, ਇਸ ਨੂੰ ਅਸੀਂ MP ਵਾਲੇ ਜਿਹੜੇ ਹੈਗਾ ਬੀਜ ਉਹ ਲੈ ਕੇ ਆਉਂਦੇ ਹੈਗੇ। ਹਾਂਜੀ, ਕਿੰਨੀ ਕੁ ਜਿਹੜੀ ਹੈਗੀ ਹੈ ਇਹਦੀ ਮਾਤਰਾ ਹੋਣੀ ਚਾਹੀਦੀ ਹੈ ਇੱਕ ਟਰੇ ਦੇ ਵਿੱਚ, ਕਿ ਆਪਾਂ 1 ਕਿਲੋ ਕਣਕ ਪਾਉਣੀ, ਜਾਂ ਕਿੰਨੀ ਇੱਦਾਂ ਦੀ ਜੇ ਟਰੇ ਹੋਵੇ ਤਾਂ ਕਿੰਨੀ ਕੁ ਸਾਨੂੰ ਘਰੇ ਆਪਾਂ ਉਗਾਉਣੀ ਚਾਹੀਦੀ? ਤਕਰੀਬਨ ਇਸ ਦੇ ਵਿੱਚ 400 ਗ੍ਰਾਮ ਬੀਜ ਪੈ ਜਾਂਦਾ ਹੈ। ਹਾਂਜੀ, 400 ਗ੍ਰਾਮ। ਇਹ ਜਦੋਂ ਕੱਟਣ ਤੋਂ ਅਗਲਾ ਪ੍ਰੋਸੈਸ ਪਿੱਛੇ ਜਿਵੇਂ ਆਪਾਂ ਦੇਖ ਰਹੇ ਹਾਂ, ਨੌਜਵਾਨ ਜਿਹੜੇ ਨੇ ਉਹ ਇਸ ਵੀਟ ਗਰਾਸ ਨੂੰ ਜਿਹੜੀ ਹੈਗੀ ਕੁੱਟ ਕੇ ਇਸ ਤੋਂ ਜੂਸ ਬਣਾਉਂਦੇ ਨੇ। ਹਾਂਜੀ ਹਾਂਜੀ। ਕਿੰਨੀ ਕੁਆਂਟਿਟੀ ਇੱਕ ਇਨਸਾਨ ਦੇ ਲਈ ਜਿਹੜੀ ਹੈਗੀ ਉਹ ਡੇਲੀ ਪੀਣੀ ਚਾਹੀਦੀ ਹੈ, ਜਿਹਦੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਉਹਦਾ ਜਿਹੜਾ ਫਰਕ ਪੈ ਜਾਂਦਾ? ਸ਼ੁਰੂਆਤ ਦੇ ਵਿੱਚ ਵੀਰ ਜੀ 15 ਤੋਂ 20 ML ਰੋਜ਼ਾਨਾ ਖਾਲੀ ਪੇਟ ਪੀਣੀ ਚਾਹੀਦੀ ਹੈ। ਹਾਂਜੀ, ਬਿਮਾਰੀਆਂ ਕਿਹੜੀਆਂ ਕਿਹੜੀਆਂ ਤੋਂ ਰਾਹਤ ਮਿਲਦੀ ਹੈ? ਬਿਮਾਰੀਆਂ ਜੀ ਇੱਕ ਬਿਮਾਰੀ ਦੇ ਲਈ, ਇਹ ਤਕਰੀਬਨ ਸਾਰੀਆਂ ਬਿਮਾਰੀਆਂ ਦੇ ਲਈ ਹੈਗਾ। ਇਸ ਨੇ ਅੰਦਰਲਾ ਆਪਣਾ ਸਰੀਰ ਦਾ ਜੋ ਪਾਚਨ ਤੰਤਰ ਹੈ ਉਸਨੂੰ ਹੀ ਠੀਕ ਕਰਨਾ ਹੈ, ਨਵਾਂ ਖੂਨ ਬਣਦਾ, ਖੂਨ ਸਾਫ਼ ਹੁੰਦਾ ਹੈ ਔਰ ਇਨਸਾਨ ਤੰਦਰੁਸਤ ਹੋਣ ਲੱਗ ਜਾਂਦਾ ਹੈ। ਬਾਬਾ, ਇਹਦੀ ਕੋਈ ਫੀਸ ਵਗੈਰਾ ਵੀ ਰੱਖੀ ਹੈ ਤੁਸੀਂ? ਵੀ ਜਿਵੇਂ ਆਪਾਂ ਤਿਆਰ ਕਰਦੇ ਹੋ, ਤੁਹਾਡੀ ਮਿਹਨਤ ਵੀ ਲੱਗਦੀ ਹੈ, ਸਮਾਂ ਵੀ ਲੱਗਦਾ ਇਹਨੂੰ, ਸਮਾਂ ਕੱਢਣਾ ਪੈਂਦਾ, ਸੋ ਇਹਦੀ ਕੋਈ ਫੀਸ ਵੀ ਰੱਖੀ ਹੈ? ਨਹੀਂ, ਫੀਸ ਕੋਈ ਨਹੀਂ ਰੱਖੀ, ਪਰ ਇਹ ਚੱਲਦਾ ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ। ਜਿਸ ਤਰ੍ਹਾਂ ਕਿ ਜਿਹੜੇ ਲੋਕ ਸਾਨੂੰ ਜਾਣਦੇ ਹੈਗੇ ਆ ਕਿ ਇੱਕ ਸੇਵਾ ਵਾਲੇ ਵਧੀਆ ਕੰਮ ਕਰਦੇ ਹੈਗੇ ਆ, ਉਹ ਸਾਡੇ ਨਾਲ ਸਹਿਯੋਗ ਕਰਦੇ ਆ, ਕੋਈ ਸਾਨੂੰ ਬੀਜ ਲੈ ਲੈਂਦਾ, ਕੋਈ ਸਾਡੇ ਉੱਥੇ ਨੇੜੇ ਮਿੱਟੀ ਦੇ ਵਿੱਚ ਸੇਵਾ ਕਰ ਦਿੰਦਾ, ਕੋਈ ਇਸ ਤਰ੍ਹਾਂ ਜੋ ਕੁੰਡੇ ਹੈਗੇ ਆ, ਘੋੜਨੇ ਹੈਗੇ ਆ, ਜਿਸ ਤਰ੍ਹਾਂ ਕੋਈ ਮਾਇਆ ਦੇ ਰੂਪ ਵਿੱਚ ਵੀ, ਕਿਉਂਕਿ ਆਵਾਜਾਈ ਲਈ ਕਈ ਖਰਚੇ ਹੁੰਦੇ ਹੈਗੇ ਆ, ਜਿਨ੍ਹਾਂ ਨੂੰ ਪਤਾ ਹੈ ਕਿ ਇੱਕ ਵਧੀਆ ਸੇਵਾ ਕਰਦੇ ਹੋ, ਸਾਡਾ ਸਹਿਯੋਗ ਕਰਦੇ ਹੈਗੇ। ਕੈਂਸਰ ਤੋਂ ਵੀ ਕਹਿੰਦੇ ਇਹਨੂੰ ਜਿਹੜਾ ਰਾਹਤ ਮਿਲਦੀ ਕੈਂਸਰ ਪੀੜਤਾਂ ਨੂੰ, ਉਹ ਕਿਸ ਪ੍ਰਕਾਰ ਦੇ ਨਾਲ ਮਦਦ ਮਿਲਦੀ ਉਹਨਾਂ ਨੂੰ? ਬਿਲਕੁਲ ਜੀ, ਜਿਸ ਤਰ੍ਹਾਂ ਇਹਨੇ ਸਰੀਰ ਦੇ ਵਿੱਚ ਮਤਲਬ ਇਹਨੇ ਇਹਦੇ ਖੂਨ ਸਾਫ਼ ਕਰਨਾ ਸ਼ੁਰੂ ਕਰ ਦਿੱਤਾ, ਇਨਫੈਕਸ਼ਨ ਖਤਮ ਹੋ ਜਾਣੀ ਆ। ਕੈਂਸਰ ਵੀ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੀ ਆ, ਜੋ ਸਰੂਰ ਸਰੀਰ ਦੇ ਵਿੱਚ ਖੂਨ ਦੇ ਵਿੱਚ ਖਰਾਬੀਆਂ ਆ ਜਾਂਦੀਆਂ ਹੈਗੀਆਂ, ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਹੈਗੀਆਂ। ਜਦੋਂ ਇਸਨੇ ਖੂਨ ਨੂੰ ਸਾਫ਼ ਕਰ ਦਿੱਤਾ ਹੈਗਾ ਤਾਂ ਕੈਂਸਰ ਤਰ੍ਹਾਂ ਦੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਠੀਕ ਹੁੰਦੀਆਂ ਹੈਗੀਆਂ ਜੀ। ਹਾਂਜੀ ਬਾਬਾ ਜੀ, ਤੁਹਾਡੇ ਮਾਇੰਡ 'ਚ ਇਹ ਆਈਡੀਆ ਕਿਵੇਂ ਆਇਆ, ਤੁਹਾਨੂੰ ਕਿਸ ਬੰਦੇ ਨੇ ਪ੍ਰੇਰਿਤ ਕੀਤਾ ਵੀ ਇਹ ਤੁਸੀਂ ਇਹ ਜਿਹੜਾ ਕਾਰਜ ਕਰੋ, ਲੋਕਾਂ ਦਾ ਭਲਾ ਹੋ ਰਿਹਾ, ਲੋਕਾਂ ਦੇ ਲਈ ਇੱਕ ਦਵਾਈ ਜਿਹੜੀ ਹੈ ਉਹ ਆਯੁਰਵੇਦਿਕ ਬਣ ਰਹੀ?
ਇਹ ਸਭ ਤੋਂ ਪਹਿਲਾਂ ਸਾਡੇ ਨੇੜਲੇ ਪਿੰਡ ਢੁੱਡੀ ਕੇ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਹੈਗਾ। ਉੱਥੇ ਉਹਨਾਂ ਨੇ ਇਹ ਉਹਨਾਂ ਮਿਸ਼ਨ ਗ੍ਰੀਨ ਕਲੱਬ ਉਸਦਾ ਨਾਮ ਹੈ, ਉਹਨਾਂ ਨੇ ਮਿਸ਼ਨ ਸ਼ੁਰੂ ਕੀਤਾ ਸੀਗਾ ਕਿ ਮਤਲਬ ਲੋਕਾਂ ਲਈ ਇਹ ਵੀਟ ਗ੍ਰਾਸ ਦਾ ਲੰਗਰ ਜੋ ਕਣਕ ਦੇ ਘਰ ਦਾ ਸ਼ੁਰੂ ਕੀਤਾ। ਸਾਨੂੰ ਵੀ ਇਸ ਤਰ੍ਹਾਂ ਪਤਾ ਲੱਗਿਆ ਕਿ ਉੱਥੇ ਬਿਮਾਰੀਆਂ ਤੋਂ ਮਤਲਬ ਠੀਕ ਹੋਣ ਦੇ ਵਾਸਤੇ ਕਣਕ ਵੀਟ ਗ੍ਰਾਸ ਦਾ ਜੂਸ ਪਿਆਉਂਦੇ ਹੈਗੇ ਆ। ਅਸੀਂ ਵੀ ਉੱਥੇ ਜਾਣ ਲੱਗ ਗਏ, ਉਹਨਾਂ ਲੋਕਾਂ ਦੇ ਨਾਲ ਸਾਡਾ ਪਿਆਰ ਪੈ ਗਿਆ, ਫਿਰ ਅਸੀਂ ਉਹਨਾਂ ਤੋਂ ਸਿੱਖਿਆ, ਸਿੱਖ ਕੇ ਫਿਰ ਅਸੀਂ ਆਪਣੇ ਪਿੰਡ ਸ਼ੁਰੂ ਕਰ ਦਿੱਤਾ। ਹਾਂ, ਇਹ ਮਤਲਬ ਹੁਣ ਇਹਨੂੰ ਸਿੱਖ ਕੇ ਥੋੜ੍ਹੀ ਦੇਰ ਲਈ ਟ੍ਰੇਨਿੰਗ ਲੈ ਕੇ ਕੋਈ ਵੀ ਆਪਣੇ ਘਰ ਵੀ ਤਿਆਰ ਕਰ ਸਕਦਾ? ਬਿਲਕੁਲ ਕਰ ਸਕਦਾ ਜੀ। ਸਾਡੇ ਮਿਸ਼ਨ ਇਹੀ ਹੈ ਕਿ ਥਾਂ ਥਾਂ ਦੇ ਇਸ ਤਰ੍ਹਾਂ ਅਸੀਂ ਪ੍ਰਦਰਸ਼ਨੀਆਂ ਕਰਦੇ ਹੈਗੇ ਹਾਂ ਕਿ ਲੋਕ ਦੇਖ ਕੇ ਇਸ ਨੂੰ ਘਰ ਦੇ ਵਿੱਚ ਸ਼ੁਰੂ ਕਰਨ। ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਵੀ ਤੁਸੀਂ ਲੰਗਰ ਲਗਾਇਆ, ਕਿੰਨੇ ਕੁ ਲੋਕ ਤੁਹਾਡੇ ਕੋਲ ਰੋਜ਼ ਆ ਰਹੇ ਨੇ, ਕਿੰਨੇ ਕੁ ਲੋਕ ਸਰਾਹ ਵੀ ਰਹੇ ਨੇ ਇਸ ਕੰਮ ਨੂੰ? ਤਕਰੀਬਨ 200 ਤੋਂ ਜ਼ਿਆਦਾ ਲੋਕ ਇਸ ਵਕਤ ਆ ਰਹੇ ਹੈਗੇ, ਹਰ ਰੋਜ਼ ਵੱਧ ਰਹੇ ਹੈਗੇ ਆ, ਔਰ ਤਕਰੀਬਨ ਹੀ ਹਰ ਲੋਕ ਇਸ ਨੂੰ ਵਧੀਆ ਕਹਿ ਰਹੇ ਕਿ ਠੀਕ ਹੈ, ਔਰ ਪੀ ਕੇ ਜਾਂਦੇ ਨੇ, ਔਰ ਅਫਸਰ ਮੁਲਾਜ਼ਮ ਆਪਣੇ ਹਸਪੀਟਲ ਦਾ ਸਾਰਾ ਸਟਾਫ ਸਾਰੇ ਪੀਂਦੇ ਹੈਗੇ ਜੀ। ਇੱਕ ਬੜਾ ਮਨ ਦੇ ਵਿੱਚ ਵਹਿਮ ਹੈ ਲੋਕਾਂ ਦੇ, ਕਹਿੰਦੇ ਇਹਦੇ ਨਾਲ ਸਾਈਡ ਇਫੈਕਟ ਵੀ ਬੰਦੇ ਨੂੰ ਕੋਈ ਹੁੰਦਾ, ਕੋਈ ਹੈ ਕੋਈ ਇੱਦਾਂ ਦੀ ਗੱਲ? ਹਜੇ ਤੱਕ ਜੀ ਇੱਕ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਸ ਦੇ ਨਾਲ ਕੋਈ ਸਾਈਡ ਇਫੈਕਟ ਹੋਇਆ ਹੋਵੇ, ਇੱਕ ਵੀ ਨਹੀਂ ਹੈਗਾ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕੀ ਅਪੀਲ ਕਰਨਾ ਚਾਹੁੰਦੇ ਹੋ ਜੇ ਕੋਈ ਘਰ ਆਪਣੇ ਤਿਆਰ ਕਰਨਾ ਚਾਹੁੰਦਾ ਹੋਵੇ? ਲੋਕਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹੋ ਕਿ ਇਸ ਨੂੰ ਤੁਸੀਂ ਜੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੈਗੇ ਤਾਂ ਥੋੜ੍ਹਾ ਜਿਹਾ ਸਮਾਂ ਲਾ ਕੇ ਇਸ ਨੂੰ ਤੁਸੀਂ ਘਰ ਤਿਆਰ ਕਰੋ। ਜਿਹਨਾਂ ਲੋਕਾਂ ਦੇ ਸਵਾਲ ਹੈ ਕਿ ਸਮਾਂ ਨਹੀਂ ਹੁੰਦਾ ਜਾਂ ਅਸੀਂ ਕਰ ਨਹੀਂ ਸਕਦੇ, ਆ ਪਿੱਛੇ ਬੱਚੇ ਕੋਲ ਮਤਲਬ ਸੇਵਾ ਕਰ ਰਹੇ ਹੈਗੇ ਆ, ਛੋਟੇ 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 ਬੱਚੇ ਵੀ ਇਸ ਨੂੰ ਤਿਆਰ ਕਰ ਸਕਦੇ ਹੈਗੇ ਆ। ਜੇ ਤੁਹਾਡੇ ਕੋਲ ਬਿਲਕੁਲ ਨਹੀਂ ਸਮਾਂ ਹੈਗਾ ਤਾਂ ਜਲਦੀ ਹੀ ਤੁਹਾਡੇ ਕੋਲ ਸਮਾਂ ਨਹੀਂ ਰਹੂਗਾ। ਜੇ ਤੁਸੀਂ ਤੰਦਰੁਸਤ ਹੋਣਾ ਚਾਹੁੰਦੇ ਵੀ ਹੋਵੋਗੇ, ਹਸਪਤਾਲਾਂ ਦੇ ਵਿੱਚ ਥੱਬਾਂ ਨੋਟਾਂ ਦਾ ਤਿਆਰ ਰੱਖੋ ਇਲਾਜ ਦੇ ਵਾਸਤੇ। ਹਾਂਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਕੁਲਦੀਪ ਸਿੰਘ, ਜਿਨ੍ਹਾਂ ਦੇ ਵੱਲੋਂ ਵੀਟ ਗ੍ਰਾਸ ਜੂਸ ਨੂੰ ਕਿਵੇਂ ਤਿਆਰ ਕਰਨਾ ਹੈ, ਕਿਵੇਂ ਉਹਨੂੰ ਆਖਰੀ ਪੜਾਅ ਤੱਕ ਲੈ ਕੇ ਜਾਣਾ, ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਔਰ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਤੁਸੀਂ ਇਸ ਕੰਮ ਨੂੰ ਖੁਦ ਸਿੱਖੋ ਔਰ ਘਰੇ ਤਿਆਰ ਕਰੋ ਤਾਂ ਜੋ ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਮਿਲੇ। ਔਰ ਜਿਹੜਾ ਤੁਸੀਂ ਵੱਡੇ ਹਸਪੀਟਲਾਂ ਦੇ ਵਿੱਚ ਜਾ ਕੇ ਵੱਡੇ ਪੈਸੇ ਦੇ ਕੇ ਆਪਣਾ ਇਲਾਜ ਕਰਾਉਂਦੇ ਹੋ ਤਾਂ ਉਹ ਆਯੁਰਵੈਦਿਕ ਤਰੀਕੇ ਦੇ ਨਾਲ ਇਸ ਇਲਾਜ ਨੂੰ ਵੀ ਤੁਸੀਂ ਆਪਣੇ ਘਰੇ ਬੈਠੇ ਕਰ ਸਕਦੇ ਹੋ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਸੁਖਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਸੁਲਤਾਨਪੁਰ ਲੋਧੀ।